ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੀ 4 ਤਾਰੀਕ ਨੂੰ ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ ਵਾਪਰਿਆ ਸੀਗਾ, ਜਿਹਦੇ ਵਿੱਚ ਮਿਸਟਰ ਸੰਦੀਪ ਕੁਮਾਰ ਸੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ। ਅਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕਅਪ ਕਰਦੇ ਹੋਏ ਇਸ ਕੇਸ ਨੂੰ ਫੋਲੋਅਪ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ 302 ਤੇ ਆਰਮਸ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ। ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਇਲਿਆਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਈਡੈਂਟੀਫਾਈਡ ਸੀਗਾ, ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਈਡੈਂਟੀਫਾਈਡ ਨਹੀਂ ਸੀਗੇ। ਇੱਕ ਮੋਟਰਸਾਈਕਲ ਤੇ ਆ ਕੇ 3 ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ, ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਜਿਹਨਾਂ ਸਾਨੂੰ ਕਲੀਅਰ ਹੋਇਆ। ਤੇ ਹੋਰ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਇਨੀਸ਼ੀਅਲੀ ਜਿਹੜੇ 3 ਮੇਨ ਅਕਿਊਜ਼ ਜਿਹੜੇ ਬਾਈਕ ਤੇ ਆਏ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਇਲਿਆਸ ਵਿੱਕੀ, ਮਨਪ੍ਰੀਤ ਅਲਿਆਸ ਮਨੀਸ਼ ਤੇ ਰੋਹਿਤ ਅਲਿਆਸ ਸੂਰਜ ਦੇ ਨਾਮ ਤੋਂ ਕੀਤੀ। ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਦ ਇਨ ਆਈ ਥਿੰਕ 24 ਆਵਰ ਜਿਹੜਾ ਹੈਗਾ ਉਹ ਅਸੀਂ ਇੱਕ ਅਕਿਊਜ਼ ਸੂਰਜ ਕੁਮਾਰ ਨੂੰ ਅਸੀਂ ਅਰੈਸਟ ਕੀਤਾ। ਉਸ ਤੋਂ ਫਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ, ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇਹ ਕੇਸ 'ਚ ਪਹਿਲਾਂ ਤੋਂ ਨੋਮੀਨੇਟਡ ਹੈਗਾ ਅਤੇ ਵਿੱਕੀ ਵੀ 1307 ਦੋਨੋਂ ਹੀ ਸੇਮ ਕੇਸ 'ਚ ਹੈਗੇ, ਅਤੇ ਥੋੜ੍ਹਾ ਜਿਹਾ ਕ੍ਰਿਮੀਨਲ ਟਾਈਪ ਵੀ ਇਹਨਾਂ ਦੀ ਮੈਂਟੈਲਿਟੀ ਹੈਗੀ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਅਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫੋਰਮਡ ਹੈਗੇ, ਅਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਂਪਰ ਕੀਤਾ। ਅਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ SPD ਦੀ ਅਗਵਾਈ ਹੇਠ, DSPD ਦੀ ਅਗਵਾਈ ਹੇਠ, ਇੰਚਾਰਜ CIA, SHO ਹਰਿਆਣਾ, SHO ਦਸੂਆ, SHO ਮੇਟਿਆਣਾ, SHO ਹਾਜੀਪੁਰ, ਅਸੀਂ ਕੁਛ ਬਾਹਰਲੇ ਜ਼ਿਲ੍ਹਿਆਂ ਦੀ ਵੀ ਮਦਦ ਲਿੱਤੀ, ਜਿਹਦੇ ਵਿੱਚ SSP ਆਪਣੇ ਕਪੂਰਥਲਾ ਦੀ ਹੈਲਪ, SSP ਜਲੰਧਰ ਰੂਰਲ ਦੀ ਹੈਲਪ, CP ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵੱਖ ਵੱਖ ਟਾਈਮ ਤੇ ਅਸੀਂ ਲੈਂਦੇ ਰਹੇ ਹਾਂ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ DIG ਸਾਹਿਬ ਸਾਨੂੰ ਗਾਈਡ ਕਰਦੇ ਰਹੇ, ਅਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫੋਲੋਅਪ ਕਰਦੇ ਹੋਏ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਵਜਨ ਚ ਮਦਦ ਕੀਤੀ ਉਹ ਇੱਕ ਸਨਮੀਤ ਕੁਮਾਰ ਨੂੰ ਅਸੀਂ ਆਈਡੈਂਟੀਫਾਈਡ ਕੀਤਾ, ਜਿਹਨੇ ਆਪਣੀ ਸਵਿਫਟ ਕਾਰ ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ। ਉਸ ਤੋਂ ਬਾਅਦ ਉਸਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ, ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਨ ਚ ਹੈਲਪ ਕੀਤੀ। ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੀ ਪੁੱਛਤਾਛ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲਿਊ ਮਿਲੇ, ਕੁਝ ਵਾਈਟਲ ਕਲਿਊ ਜਿਹੜੇ ਮਿਲੇ, ਤੇ ਐਟ ਦੀ ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ। ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ, ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਵੱਖਰੇ ਥਾਵਾਂ ਤੇ ਮੂਵ ਕਰ ਰਹੀ ਸੀਗੀ, ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ, ਜਿਹਦੇ ਵਿੱਚ ਆ ਬਜਵਾੜਾ ਫੋਰਟ ਵਾਲੇ ਪਾਸੇ ਤੇ ਇਧਰ ਦਿਖਿਆ, ਤੇ ਉੱਥੇ ਸਾਡੀ ਟੀਮਸ ਨੇ CCTV ਫੁਟੇਜ ਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ। ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸੂਆ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ, ਤੇ ਦੋ ਲੋਕ ਹੈਗੇ ਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਪ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ। ਵੱਖ ਵੱਖ ਟੀਮਾਂ ਸਾਡੀ ਇਸ ਚੀਜ਼ ਚ ਇਹਨਾਂ ਨੂੰ ਫੜਨ ਵਾਸਤੇ ਡਿਪਿਊਟ ਕੀਤੀਆਂ ਗਈਆਂ, ਜਿਹਦੇ ਵਿੱਚ SHO ਦਸੂਆ ਕੀ ਟੀਮ ਉਧਰ ਵਾਲੇ ਪਾਸੇ, ਦੂਜਾ SHO ਹਰਿਆਣਾ ਦੀ ਟੀਮ, ਇੰਚਾਰਜ CIA ਦੀ ਟੀਮ, DSPD ਤੇ ਹੋਰ ਬਾਕੀ SHO ਦੀ ਟੀਮਾਂ ਵੱਖਰੀ ਵੱਖਰੀ ਸਿਵਲ ਚ ਤੇ ਯੂਨੀਫਾਰਮ ਚ ਸਾਰੀ ਇਹਨਾਂ ਨੇ। ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10-10:30 ਵਜੇ ਦੇ ਆਸ ਪਾਸ
ਜਦੋਂ ਇਹਨਾਂ ਨੂੰ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਤੇ ਇਹਨਾਂ ਕੋਲ ਵੈਪਨ ਸੀਗਾ ਬੰਦੇ ਕੋਲ ਅਨੂਪ ਕੁਮਾਰ ਕੋਲ ਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ਕਲੋਜ਼ਲੀ ਫਾਲੋ ਕਰ ਰਹੀ ਸੀਗੀ ਤੇ ਜਦੋਂ ਫੜਨ ਲੱਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚ ਆ ਅਨੂਪ ਕੁਮਾਰ ਐਲੀਅਸ ਜਿਹੜਾ ਵਿੱਕੀ ਮੇਨ ਜਿਹੜਾ ਅਕਿਊਜ਼ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਲੱਤ ਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀਗੀ ਉਹਦੇ ਆਧਾਰ ਤੇ ਹੀ ਫਰਦਰ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਭਜਨ ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮਾਰਨਿੰਗ ਅਰੈਸਟ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ ਚ ਜਿਹੜੇ ਤਿੰਨ ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ ਚਾਰ ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪਤਾਲ ਉਹਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪਤਾਲ ਚ ਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੋ ਜਾਂਦਾ ਉਹਦਾ ਟ੍ਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੇ ਭਜਨ ਚ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗਾ ਇਹਨੂੰ ਹੈਲਪ ਕੀਤੀ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਹੋਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਲੀ ਅਪਡੇਟਸ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰ ਕਾਰਨ ਕੀ ਰਿਹਾ ਮੁੱਖ ਕਾਰਨ ਕੀ ਰਿਹਾ ਕਤਲ ਕਰਨ ਦਾ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਿਛਲੀ ਵੀਸੀ ਚ ਵੀ ਆਪਾਂ ਕੀਤਾ ਸੀਗਾ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕਿਉਂਕਿ ਕੱਲ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਚ ਇੰਜਰਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਜ਼ ਐਡਮਿਟਿਡ ਇਨ ਅੰਮ੍ਰਿਤਸਰ ਹਸਪਤਾਲ ਆਫਟਰ ਰੈਫਰਲ ਤੋਂ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਹੈਗੇ ਬਟ ਜਿੰਨੀ ਕੁ ਅਸੀਂ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਾਂ ਨਾਲ ਫੜਿਆ ਹੈਗਾ ਤੇ ਪ੍ਰਾਈਮ ਅਫਸਾਈ ਜਿਹੜਾ ਹੈਗਾ ਕਿ ਇੱਕ ਵਜ੍ਹਾ ਜਿਹੜੀ ਹੈਗੀ ਉਹ ਤੋਂ ਆਹ ਹੈਗੀ ਜਿਹੜੀ ਤੁਸੀਂ ਪਿਛਲੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਲੜਾਈ ਝਗੜਾ ਹੋਇਆ ਸੀਗਾ ਕੁਛ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦੇਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰੋਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਮਤਲਬ ਕਾਫੀ ਉਹਨੂੰ ਅਬਿਊਜ਼ ਤੇ ਪ੍ਰੋਵੋਕ ਤੇ ਹਿਊਮੀਲੇਟ ਕੀਤਾ ਕਿ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈਗੀ ਸਾਡੀ ਤੇ ਤੂੰ ਕਿਸੇ ਜੋਗਾ ਨਹੀਂ ਹੈਗਾ ਇਸ ਟਾਈਪ ਚ ਤੇ ਉਸ ਚੀਜ਼ ਨੇ ਇਹਨੂੰ ਪ੍ਰੋਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆਹ ਕੱਲੀ ਵਜ੍ਹਾ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈਗੀ ਜਦੋਂ ਤੱਕ ਕਿ ਖੁਦ ਅਕਿਊਜ਼ਡ ਆ ਕੇ ਇਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰਦਾ ਕਨਫੈਸ ਨਹੀਂ ਕਰਦਾ ਹੈਗਾ ਤੇ ਐਟ ਦੀ ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਚ ਆ ਕੋਰੋਬਰੇਟ ਨਹੀਂ ਹੁੰਦੀ ਹੈਗੀ ਐਟ ਦੀ ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਜ਼ ਵਨ ਆਫ ਦੀ ਮੇਨ ਰੀਜ਼ਨ ਜਿਹਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਮਤਲਬ ਇਹਨਾਂ ਨੇ ਫੈਸਿਲੀਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲ ਵੈਪਨ ਪਹੁੰਚਿਆ ਤੇ ਮੇ ਬੀ ਇਹਨਾਂ ਵਿੱਚੋਂ ਕਿਸੇ ਬੰਦੇ ਨੇ ਵੈਪਨ ਦਿੱਤਾ ਹੋਵੇ ਬਟ ਜਦੋਂ ਤੱਕ ਪੁੱਛਤਾਛ ਅਸੀਂ ਡਿਟੇਲ ਚ ਨਹੀਂ ਕਰ ਲੈਂਦੇ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ ਤੇ ਨਹੀਂ ਹਾਂਜੀ ਹਾਂਜੀ ਮੈਂ ਤੁਹਾਨੂੰ ਕ੍ਰਿਮੀਨਲ ਰਿਕਾਰਡ ਸਾਰਿਆਂ ਦਾ ਦੱਸ ਦੇਣਾ ਮੈਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਦੱਸ ਦੇਣਾ ਇੱਕ ਮਿੰਟ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਟਲ ਜਿਹੜਾ ਹੈਗਾ 32 ਬੋਰ ਤਿੰਨ ਰਾਊਂਡਸ ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਰ ਅਸੀਂ ਰਿਕਵਰ ਕੀਤਾ ਇੱਕ ਸਵਿਫਟ ਕਾਰ ਜਿਸ ਕਾਰ ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਹੈਲਪ ਕੀਤੀ ਗਈ ਉਹ ਰਿਕਵਰ ਕੀਤੀ ਹੈਗੀ ਇੱਕ ਪਲੈਟਨਾ ਮੋਟਰਸਾਈਕਲ ਜਿਸ ਤੇ ਕ੍ਰਾਈਮ ਕੀਤਾ ਗਿਆ ਸੀਗਾ ਉਹ ਰਿਕਵਰ ਕੀਤੀ ਹੈਗੀ ਇੱਕ ਮੋਟਰਸਾਈਕਲ ਜਿਸ ਤੇ ਕੱਲ ਆ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਹੈਗੀ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸਿਆ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ ਚ ਹੁਣ ਅਰਲੀ ਮਾਰਨਿੰਗ ਤੱਕ ਅੱਜ ਸੁਬਹ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ
ਐਕਸਚੇਂਜ ਆਫ ਫਾਇਰ ਹੋਇਆ ਇਹਦੇ ਸਬੰਧ ਚ ਵੀ ਇੱਕ ਮੁਕਦਮਾ 307 ਦੇ ਤਹਿਤ 353-186 ਦੇ ਤਹਿਤ ਆਮ ਸੈਕਟ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀਗੀ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੇ ਸੈਲਫ ਡਿਫੈਂਸ ਤੇ ਜਿਹੜਾ ਹੈਗਾ ਇੱਥੇ ਫਾਇਰ ਕਰਕੇ ਇਹਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਅਨੂਪ ਕੁਮਾਰ ਹੈਗਾ ਅਨੂਪ ਕੁਮਾਰ ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ 1-307 ਵਾਲਾ ਹੈਗਾ ਤੇ ਜਿਹੜਾ ਪਹਿਲਾਂ ਦਰਜ ਹੋਇਆ ਵਾ ਸੀਗਾ ਮਾਡਲ ਟਾਊਨ ਥਾਣੇ ਚ ਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ ਹੁਣ ਇੱਕ ਦਰਜ ਹੋਰ ਅਸੀਂ ਜਿਹੜਾ ਕੀਤਾ ਹੈਗਾ ਅੱਜ ਹਰਿਆਣਾ ਥਾਣੇ ਚ ਤੇ ਉਹ ਤੀਜਾ ਮੁਕਦਮਾ ਹੋ ਗਿਆ ਰੋਹਿਤ ਕੁਮਾਰ ਤੇ ਵੀ ਦੋ ਕੇਸ ਦਰਜ ਹੈਗੇ ਇੱਕ NDPS ਦਾ ਤੇ ਇੱਕ ਆ ਜਿਹੜਾ ਮਰਡਰ ਵਾਲਾ ਕੇਸ ਦਰਜ ਹੈਗਾ ਕਰਨ ਕੁਮਾਰ ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ ਜਿਹੜਾ ਗੋਪੀ ਹੈਗਾ ਉਹਦੇ ਤੇ 7 ਕੇਸ ਦਰਜ ਹੈਗੇ ਹੁਣ ਵਾਲੇ ਕੇਸ ਨੂੰ ਇਨਕਲੂਡ ਕਰਕੇ 6 ਕੇਸ ਪਹਿਲਾਂ ਹੈਗੇ ਜਿਸ ਚ ਪ੍ਰਿਜਨ ਐਕਟ ਦੇ NDPS ਐਕਟ ਦੇ FIR ਦਰਜ ਹੈਗੇ ਤੇ ਇੱਕ 302-307 ਦਾ ਵੀ ਭੋਗਪੁਰ ਥਾਣੇ ਦਾ ਕੇਸ ਇੱਥੇ 2018 ਦਾ ਦਰਜ ਹੈਗਾ ਉਸ ਤੋਂ ਬਾਅਦ ਮਨਦੀਪ ਜਿਹੜਾ ਹੈਗਾ ਉੱਤੇ ਪ੍ਰਿਜਨ ਐਕਟ ਦੇ ਕਾਫੀ ਕੇਸਿਸ ਦਰਜ ਹੈਗੇ 399-402 ਦੇ ਕੇਸ ਹੈਗੇ ਇੱਥੇ NDPS ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਸੀ ਔਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂਜੀ ਹਾਂਜੀ ਤੀਸਰਾ ਹਾਂਜੀ ਗਾਂਵ ਬਤਾ ਦਿੱਤੇ ਆਪਕੋ ਸਾਰਾ ਬਤਾ ਦਿੱਤੇ ਸਭ ਕੇ ਗਾਂਵ ਬਤਾ ਦਿੱਤੇ ਕਿਸ ਕਿਸ ਕੋ ਲਾਈਟ ਲੌਂਗ ਵੀ ਦੇ ਦੇਂਗੇ ਆਪਕੋ ਕੋਈ ਬਾਤ ਨਹੀਂ ਹੈ ਡੋਂਟ ਵਰੀ ਸਰ ਮਨੀਸ਼ ਜਿਹੜਾ ਰੈਸਟ ਯਹੀਂ ਸੇ ਪਕੜਾਏ ਜੀ ਪਕੜ ਲਿਆ ਹੈ ਇਹ ਬਾਤ ਕਮ ਲੱਗ ਰਹੀ ਆਪਕੋ ਡੋਂਟ ਵਰੀ ਰਿਪੋਰਟ ਕਰਨਾ ਪੜੇਗਾ ਕੌਣ ਸੀ ਜਗ੍ਹਾ ਸੀ ਜੀ ਜੀ ਬਤਾ ਦਿੱਤੇ ਆਪਕੋ ਹੁਸ਼ਿਆਰਪੁਰ ਸੇ ਪਕੜਾ ਜੀ ਇਹ ਤੋ ਹਰਿਆਣਾ ਮੇਂ ਐਕਸਚੇਂਜ ਆਫ ਫਾਇਰ ਹੋਇਆ ਹੈ ਹਰਿਆਣਾ ਸੇ ਪਕੜਾ ਜਿਸਕੋ ਮੇਨ ਅਕਿਊਜ਼ ਜੋ ਹੈ ਉਸਕੋ ਉਸਕੇ ਬਾਅਦ ਮੇਂ ਮਨੀਸ਼ ਕੁਮਾਰ ਔਰ ਕਰਨ ਕੋ ਅਭੀ ਰੀਸੈਂਟਲੀ ਹਮਨੇ ਅਰੈਸਟ ਕੀਆ ਹੈ ਹਮ ਆਪਕੋ ਅਪਡੇਟ ਕਰ ਦੇਤੇ ਹੈਂ ਲੋਕੇਸ਼ਨ ਜੀ ਜੀ ਔਰ ਮੇਨ ਮੁੱਦੇ ਪੇ ਫੋਕਸ ਕਰੀਏ ਨਾ ਸਰ ਮਨੀਸ਼ ਤੇ ਵੀ ਹੈ ਪਹਿਲਾਂ ਪਰਚੇ ਦਰਜ ਉਹ ਤੀਸਰਾ ਮਨੀਸ਼ ਤੇ ਪਹਿਲਾਂ ਜਿਹੜਾ ਕੋਈ FIR ਜਿਹੜਾ ਹੈਗਾ ਇਹ ਮੇਰੇ ਖਿਆਲ ਦਰਜ ਹੈਗਾ ਮਨੀਸ਼ ਤੇ ਉਹ ਸੀ ਮਨੀਸ਼ ਤੇ ਨਹੀਂ ਆਈ ਆਈ FIR ਹੈਗਾ ਮਨੀਸ਼ ਤੇ ਕੋਈ ਹਾਂਜੀ ਜਿਹੜੀ ਰਿਵੋਲਵਰ ਪਿੱਕੀ ਕੋਲ ਬਰਾਮਦ ਕੀਤੀ ਹੈ ਲਾਇਸੈਂਸ ਹੈ ਜਾਂ ਨਹੀਂ ਨਹੀਂ ਨਜਾਇਜ਼ ਪਿਸਤਲ ਹੈ ਗਿਆ ਨਜਾਇਜ਼ ਬੱਤੀ ਬੋਲ ਪਤਾ ਲੱਗਾ ਸਰ ਕਿੱਥੋਂ ਇਹਨਾਂ ਨੇ ਲਾਇਸੈਂਸ ਕਿਸੇ ਨੂੰ ਇਨਵੈਸਟੀਗੇਸ਼ਨ ਇਸੇ ਚੀਜ਼ ਨੂੰ ਤਾਂ ਇਨਵੈਸਟੀਗੇਸ਼ਨ ਕਹਿੰਦੇ ਹੈਗੇ ਜਨਾਬ ਹੈ ਨਾ ਜੀ ਦੇਖੋ ਆਪਾਂ ਚਲੋ ਥੈਂਕ ਯੂ ਫਾਰ ਆਲ ਯੋਰ ਕੋਆਪਰੇਸ਼ਨ ਕਿ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈਗਾ ਇਸ ਕੇਸ ਦੀ ਇਨਵੈਸਟੀਗੇਸ਼ਨ ਵਾਸਤੇ ਤੇ ਐਟ ਦੀ ਸੇਮ ਟਾਈਮ ਫੈਮਿਲੀ ਤੇ ਬਾਕੀ ਵੱਖ ਵੱਖ ਜਥੇਬੰਦੀਆਂ ਨੇ ਵੀ ਜਿਹੜਾ ਹੈਗਾ ਪੁਲਿਸ ਨੂੰ ਪੂਰਾ ਕੋਆਪਰੇਟ ਕੀਤਾ ਹੈਗਾ ਕਿ ਪੁਲਿਸ ਨੂੰ ਸਫੀਸ਼ੀਐਂਟ ਟਾਈਮ ਦਿੱਤਾ ਜਾ ਸਕੇ ਤੇ ਇਟ ਵਾਜ਼ ਅ ਟਫ ਕੇਸ ਟੂ ਕਰੈਕ ਬਹੁਤ ਹੀ ਮਤਲਬ ਸਾਡੀ 10 ਟੀਮਾਂ ਦਾ ਪਿਛਲੇ 6-7 ਦਿਨ ਤੋਂ ਮਤਲਬ ਆਲਮੋਸਟ ਜਿਹੜਾ ਹੈਗਾ 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80-100 ਮੁਲਾਜ਼ਮ ਰਾਤ ਦਿਨ ਇਸ ਚੀਜ਼ ਚ ਲੱਗੇ ਹੋਏ ਸੀਗੇ ਇਟ ਵਾਜ਼ ਅ ਸੈਂਸੇਸ਼ਨਲ ਕੇਸ ਤੇ ਬਾਈ ਦੀ ਗ੍ਰੇਸ ਆਫ ਗੋਡ ਬਾਈ ਸਪੋਰਟ ਆਫ ਆਲ ਆਰ ਸੀਨੀਅਰਸ ਹੈੱਡਕੁਆਟਰ ਤੋਂ ਮਾਨਯੋਗ DGP ਸਾਹਿਬ ਸਪੈਸ਼ਲ DG ਲਾਅ ਐਂਡ ਆਰਡਰ ADG ਇੰਟੈਲੀਜੈਂਸ ADG CI ਸਾਡੀ ਇੰਟੈਲੀਜੈਂਸ ਦੀ ਟੀਮ ਸਾਡੇ DIG ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਹਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਾਹੀਂ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਿਹਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਇਟ ਵਾਜ਼ ਅ ਟਫ ਕੇਸ ਟੂ ਕਰੈਕ ਐਂਡ ਫਾਈਨਲੀ ਵੀ ਕੁੱਡ ਡੂ ਇਟ ਸੋ ਥੈਂਕ ਯੂ ਫਾਰ ਆਲ ਯੋਰ ਸਪੋਰਟ ਐਂਡ ਸਾਡਾ ਇਹ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ ਚ ਮਤਲਬ 2 ਦਿਨ ਲੱਗ ਜਾਣ 5 ਦਿਨ ਲੱਗ ਜਾਣ 7 ਦਿਨ ਲੱਗ ਜਾਣ 10 ਦਿਨ ਲੱਗ ਜਾਣ ਬਟ ਉਹ ਫੜਿਆ ਜਾਏਗਾ ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈਗਾ ਨਹੀਂ ਮੈਨੂੰ ਲੱਗਦਾ ਹੁਣ ਤੋਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਇਨੀਸ਼ੀਅਲੀ ਤਾਂ ਡਿਮਾਂਡ ਵਾਜ਼ ਟੂ ਅਰੈਸਟ 3 ਪੀਪਲ ਹੈ ਨਾ ਜੀ
ਤੇ ਹੁਣ ਹੁਣ ਤੱਕ ਤਾਂ ਅਸੀਂ ਤੋਂ ਈਵਨ 7 ਲੋਕ ਫੜ ਚੁੱਕੇ ਹੈਗੇ ਇਸ ਕੇਸ 'ਚ, ਤੇ ਪਰਿਵਾਰ ਦਾ ਤਾਂ ਆਹੀ ਸੀਗਾ ਜੀ ਕਿ ਜਿਹੜੇ ਦੋਸ਼ੀ ਹੈਗੇ ਉਹਨੂੰ ਸਜ਼ਾ ਮਿਲੇ ਤੇ ਫੜੇ ਜਾਣ, ਤੇ ਉਹ ਓਬਵੀਅਸਲੀ ਫੜੇ ਗਏ ਹੈਗੇ, ਤੇ ਮੈਨੂੰ ਲੱਗਦਾ ਹੁਣ ਪਰਿਵਾਰ ਦੀ ਜਿਹੜੀ ਹੈਗੀ ਉਹ ਇਸ ਚੀਜ਼ ਤੇ ਹੋਏਗੀ, ਬਾਕੀ ਵੀ ਇਨਵੈਸਟੀਗੇਸ਼ਨ ਅਸੀਂ ਕੰਕਲੂਡ ਕਰਾਂਗੇ ਤੇ 100% ਟ੍ਰਾਂਸਪੇਰੈਂਟ ਮੈਨਰ ਸਾਡੀ ਇਨਵੈਸਟੀਗੇਸ਼ਨ ਕੈਰੀ ਆਊਟ ਹੋਏਗੀ ਜੀ। ਥੈਂਕ ਯੂ ਜੀ।